ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਕਿਵੇਂ ਆ ਸਾਰੇ? ਪ੍ਰਤੀਕ ਤੇ ਕਾਫੀ ਇੱਧਰ ਖੇਡ ਰਹੇ ਨੇ ਤੇ ਸ਼ਾਮ ਵੇਲੇ ਠੰਡ ਹੋ ਜਾਂਦੀ ਹੈ, ਇਸ ਲਈ ਪਸ਼ੂਆਂ ਨੂੰ ਅੰਦਰ ਬੰਨ ਚੁੱਕੇ ਆ। ਆ ਨੀਚੇ ਇਹਨਾਂ ਦੇ ਥੱਲੇ ਤੂੜੀ ਖੰਡਿਆਤੀ ਆ, ਜਿਵੇਂ ਕਿ ਸਾਰਿਆਂ ਨੂੰ ਪਤਾ ਹੀ ਹੋਣਾ, ਜਿਹੜੀ ਤੂੜੀ ਹੈ ਉਹ ਹੀਟ ਦੀ ਬੈਡ ਕੰਡਕਟਰ ਹੈ। ਸੋ ਇਹਨਾਂ ਦੇ ਵਿੱਚ ਇਹਨਾਂ ਨੂੰ ਨਿੱਘ ਮਿਲੇਗੀ ਬੜੀ। ਤੇ ਬਾਏ ਦਾ ਵੀ ਅੱਜ ਦਾ ਵਲੌਗ ਕਰਦੇ ਹਾਂ ਸ਼ੁਰੂ। ਹੈਲੋ ਐਵਰੀਵਨ, ਕਿਵੇਂ ਹੋ ਸਾਰੇ? ਤੁਹਾਡਾ ਇਸ ਚੈਨਲ 'ਤੇ ਸਵਾਗਤ ਹੈ। ਅਗਰ ਇਸ ਚੈਨਲ 'ਤੇ ਨਿਊ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ, ਕਿਉਂਕਿ ਅਸੀਂ ਆਪਣੀ ਲਾਈਫ ਨਾਲ ਰਿਲੇਟਡ ਥੋੜ੍ਹੀਆਂ ਬਹੁਤ ਵੀਡੀਓਜ਼ ਇਹਦੇ 'ਤੇ ਅਪਲੋਡ ਕਰਦੇ ਰਹਿੰਦੇ ਹਾਂ। ਚਲੋ ਰੇਸ ਲਾਓਗੇ? ਮੈਂ 1 2 3 ਬੋਲੂੰਗਾ ਤਾਂ ਚੱਲਣਾ ਤੁਸੀਂ। 1 2 ਪਹਿਲਾਂ ਹੀ ਦੁਬਾਰੇ ਆਓ। ਚਲੋ 1 2 3 ਆ ਜਾਓ ਜਲਦੀ ਜਲਦੀ ਜਲਦੀ, ਕਿਹੜਾ ਪਹਿਲਾਂ ਆਏਗਾ? ਕਾਫੀ ਆ ਰੇਸ ਜਿੱਤ ਚੁੱਕੀ ਹੈ ਤੇ ਇੱਧਰ ਛੋਟੇ ਮਾਸਟਰ ਜੀ ਪਿੱਛੇ ਰਹਿ ਗਏ ਸੀ। ਕੋਈ ਗੱਲ ਨਹੀਂ, ਨੈਕਸਟ ਟਾਈਮ ਸਹੀ, ਕੋਈ ਗੱਲ ਨਹੀਂ, ਇੱਕ ਹੋਰ ਲਾਏਗਾ। ਚੱਲ 1 2 1 2 3 ਪੰਗੇ ਵੱਟੇ ਜਵਾਕਾਂ ਨਾਲ ਹੀ ਲੈਂਦਾ। ਮੌਸਮ ਦਾ ਕੋਈ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ। ਕੱਲ੍ਹ ਧੁੱਪ ਨਿਕਲੀ ਸੀ, ਸਵੇਰੇ ਮੀਂਹ ਪਿਆ ਸੀ, ਅੱਜ ਪੂਰੀ ਫੁੱਲ ਧੁੰਦ ਪੈ ਗਈ ਆ ਅਤੇ ਇਹਦੇ ਨਾਲ ਹੀ ਸੁੱਕੀ ਸੁੱਕੀ ਕੜਾਕੇ ਦੀ ਠੰਡ ਹੈ ਅੱਜ। ਫਿਲਹਾਲ ਨੈਕਸਟ ਡੇ ਸ਼ੁਰੂ ਹੋ ਗਿਆ ਅਤੇ ਮੈਂ ਜਾ ਰਿਹਾ ਡਿਊਟੀ 'ਤੇ। ਡਿਊਟੀ 'ਤੇ ਅਸੀਂ ਥੋੜ੍ਹੇ ਦਿਨ ਹੋ ਗਿਆ ਪੈਦਲ ਜਾਂਦੇ ਹਾਂ, ਮਤਲਬ ਪੈਦਲ ਇੱਥੋਂ ਬੱਸ ਸਟੈਂਡ ਤੱਕ ਜਾਂਦੇ ਹਾਂ, ਬੱਸ ਸਟੈਂਡ ਤੋਂ ਵੈਨ ਲੈ ਲੈਂਦੇ ਹਾਂ, ਵੈਨ ਸਾਨੂੰ ਸਕੂਲ ਤੱਕ ਡਰੋਪ ਕਰ ਦਿੰਦੀ ਹੈ, ਉਸੇ ਵੈਨ 'ਤੇ ਵਾਪਸ ਆ ਜਾਂਦੇ। ਇਹਦੇ ਨਾਲ ਜਿਹੜੀ ਬਾਡੀ ਆ ਉਹ ਸਹੀ ਰਹਿੰਦੀ ਆ, ਸਾਰਾ ਦਿਨ ਵਧੀਆ ਲੰਘਦਾ। ਸੋ ਫਿਲਹਾਲ ਮੇਰੇ ਨਾਲ ਜਿਹੜਾ ਮੇਰਾ ਦੋਸਤ ਜਾਂਦਾ ਉਹਦੀ ਵੇਟ ਕਰ ਰਿਹਾ ਮੈਂ, ਬਸ ਉਹ ਆ ਜਾਏਗਾ ਅਤੇ ਫਿਰ ਸਕੂਲ ਨੂੰ ਚਾਲੇ ਪਾ ਲਾਂਗੇ। ਲਓ ਜੀ, ਜਿਹੜੇ ਦੋਸਤ ਦੀ ਵੇਟ ਕਰ ਰਹੇ ਸੀ ਉਹਦਾ ਫੋਨ ਆ ਗਿਆ, ਬਸ ਇੱਥੇ ਨਜ਼ਦੀਕ ਹੀ ਆ ਗਿਆ ਅਤੇ ਹੁਣ ਅਸੀਂ ਚੱਲਦੇ ਹਾਂ ਸਕੂਲ, ਤੁਹਾਨੂੰ ਸ਼ਾਮ ਨੂੰ 3 ਵਜੇ ਆ ਕੇ ਮਿਲਦੇ ਹਾਂ। ਉਹ ਆ ਰਿਹਾ ਜੀ, ਉਹਦਾ ਇੰਨੀ ਧੁੰਦ ਦੇ ਵਿੱਚ ਬਸ ਹੁਣ ਪੈਦਲ ਯਾਤਰਾ ਸ਼ੁਰੂ ਕਰਾਂਗੇ ਅਸੀਂ। ਹਾਂਜੀ, ਸਕੂਲੋਂ ਮੈਂ ਆ ਗਿਆ। ਸਵੇਰੇ ਬਹੁਤ ਜ਼ਿਆਦਾ ਠੰਡ ਸੀਗੀ ਅਤੇ ਧੁੰਦ ਸੀਗੀ, ਹੁਣ ਦੇਖੋ ਪੂਰੀ ਫੁੱਲ ਧੁੱਪ ਹੈ, ਪੂਰੀ ਕੜਾਕੇਦਾਰ ਧੁੱਪ ਹੈ, ਐਵੇਂ ਗਰਮੀ ਲੱਗਦੀ ਹੈ ਧੁੱਪ ਦੇ ਵਿੱਚ। ਕਿੱਥੇ ਜਾਣਾ? ਅੱਜ ਸਾਡੇ ਮਤਲਬ ਕਿ ਪਿੰਡ ਤੋਂ ਬਾਹਰ ਬਾਹਰ ਇੱਕ ਉੱਥੇ ਡੇਰਾ ਹੈ ਅਤੇ ਉੱਥੇ ਮੇਰੇ ਖਿਆਲ ਕੋਈ ਹੋਣਾ ਪ੍ਰੋਗਰਾਮ, ਮੈਨੂੰ ਤਾਂ ਪਤਾ ਨਹੀਂ ਹੈਗਾ, ਮੈਨੂੰ ਤਾਂ ਹੁਣੀ ਆਇਆ ਮੈਂ ਘਰੇ ਅਤੇ ਉੱਥੇ ਜਾ ਰਹੇ ਹਾਂ। ਸੋ ਫਾਈਨਲੀ ਤਿਆਰ ਹੋ ਗਏ ਜਾਣ ਵਾਸਤੇ, ਮਤਲਬ ਉੱਦਾਂ ਤਿਆਰੀ ਨਹੀਂ ਕਰਨੀ ਹੈਗੀ ਸੀ, ਜਾਣਾ ਤਾਂ ਇੱਥੇ ਪਿੰਡ 'ਚ ਹੀ ਹੈ, ਵੀ ਮੈਂ ਤਿਆਰ ਹੋ ਗਿਆ। ਪਹਿਲਾਂ ਮੇਰਾ ਇਹ ਸੀ ਵੀ ਚਲੋ ਇਹ ਜਾ ਆਉਣਗੇ ਸਾਰੇ ਜਣੇ, ਮੈਂ ਨਹੀਂ ਜਾਂਦਾ ਹੈਗਾ, ਤਾਂ ਹੁਣ ਚਲੋ ਜਾਂਦੇ ਹਾਂ। ਜਿੱਥੇ ਜਾ ਰਹੇ ਹਾਂ ਉਹ ਮਤਲਬ ਕਿ ਇੱਕ ਧੌਲਾ ਟਿੱਬਾ ਦੇ ਨਾਂ ਨਾਲ ਜਾਣਿਆ ਜਾਂਦਾ, ਉੱਥੋਂ ਹੀ ਸਾਡੇ ਪਿੰਡ ਦਾ ਜਿਹੜਾ ਮੋਢਾ ਉਹ ਵੱਜਿਆ ਸੀਗਾ। ਉੱਥੇ ਕੋਈ ਮਤਲਬ ਕਿ ਹੋਣਾ, ਕੋਈ ਫੰਕਸ਼ਨ ਵਗੈਰਾ, ਕੋਈ ਜੱਗ ਵਗੈਰਾ ਹੋਣਾ। ਅੱਗੇ ਤਾਂ ਅਸੀਂ ਜਾਂਦੇ ਹੁੰਦੇ ਸੀਗੇ ਉੱਥੇ, ਮਤਲਬ ਕਿ ਜਿਹੜਾ ਰਾਸ਼ਨ ਵਗੈਰਾ ਦੇਣਾ ਉਹਦੇ ਵਾਸਤੇ ਵੀ ਅਸੀਂ ਹਰ ਸਾਲ ਹੀ ਹਿੱਸਾ ਪਾਉਂਦੇ ਸੀਗੇ, ਪਰ ਇਸ ਵਾਰ ਚਲੋ ਪਤਾ ਹੀ ਨਹੀਂ ਲੱਗਿਆ ਹੈਗਾ, ਚਲੋ ਹੁਣ ਜਾ ਆਉਂਦੇ ਹਾਂ। ਪ੍ਰਤੀਕ ਵੀ ਮੇਰੇ ਨਾਲ ਜਾ ਰਿਹਾ ਹੈ। ਹੋਰ ਕੌਣ ਜਾ ਰਿਹਾ? ਮੰਮਾ ਜਾ ਰਹੇ ਨੇ, ਹੋਰ ਦਾਦੀ ਜਾ ਰਹੀ ਹੈ, ਹੋਰ ਅੱਛਾ ਹੋਰ ਮਾਸੀ ਜਾ ਰਹੀ ਆ, ਮਾਸੀ ਵੀ ਜਾ ਰਹੀ ਆ, ਹੈਨਾ?
ਸਾਰੇ ਜਣਾਂ ਦਾ ਹੀ ਪਲਾਨ ਬਣ ਗਿਆ ਜਾਣ ਦਾ। ਆ ਆਉਂਦੇ ਨੇ ਸਾਰੇ ਜਣੇ। ਆ ਵੀਰਪਾਲ ਹੈਲੋ ਕਰ ਦੋ। ਹੈਲੋ ਆਂਟੀ ਆਏ ਨੇ, ਨਾਲੇ ਜੰਨਤ ਆ ਗਈ, ਸਾਨੀਆ ਵੀ ਆ ਗਈ, ਕਾਫੀਆ ਤੇ ਉਹਦੇ ਮੰਮਾ ਆ ਰਹੇ ਨੇ, ਬਸ ਉਧਰ ਮੰਮੀ ਵੀ ਆ ਰਹੇ ਨੇ। ਦੇਖੋ ਦੇਖੋ ਦੇਖੋ, ਇਹ ਕਹਿੰਦੀਆਂ ਪੂਰੀਆਂ ਤਾਂ ਖਾ ਕੇ ਆਉਣੀਆਂ ਨੇ ਅਸੀਂ। ਲਓ ਜੀ ਪਹੁੰਚ ਗਏ ਜਿੱਥੇ ਪਹੁੰਚਣਾ ਸੀਗਾ। ਇੱਧਰ ਜਾਣਾ ਹੁਣ ਅਸੀਂ ਤੁਰ ਕੇ, ਉਹ ਉੱਥੇ ਜੇ ਜਾਣਾ ਸੈਲਰਾਂ ਦੇ ਪਿੱਛੇ। ਉੱਧਰ ਗਈ ਸਾਡੀ ਫੈਮਿਲੀ ਸਾਰੀ। ਕਾਰ ਨੂੰ ਉੱਧਰ ਸਾਹਮਣੇ ਖੜਾ ਤਾ ਕਿਉਂਕਿ ਜਿਹੜੀ ਇਹ ਸੜਕ ਆ ਥੋੜ੍ਹੀ ਜਿਹੀ ਚੌੜੀ ਆ, ਅਤੇ ਮੂਹਰੇ ਮੋਟਰਸਾਈਕਲ ਦੇਖੋ ਕਿੰਨੇ ਜ਼ਿਆਦਾ ਖੜੇ ਨੇ, ਤਾਂ ਉੱਥੇ ਮੋੜਨ ਦੀ ਕੋਈ ਜਗ੍ਹਾ ਨਹੀਂ ਹੈਗੀ। ਦੇਖੋ ਆਸੇ ਪਾਸੇ ਮੋਟਰਸਾਈਕਲ ਕਿੰਨੇ ਖੜੇ ਨੇ। ਸੋ ਫਾਈਨਲੀ ਅੰਦਰ ਐਂਟਰ ਕਰਨ ਲੱਗੇ। ਹੈਲੋ 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 ਬੋਲ ਦਿਓ। ਛੋਲੇ ਪੂਰੀਆਂ ਦਾ ਲੰਗਰ ਚੱਲ ਰਿਹਾ ਇੱਥੇ, ਅਸੀਂ ਆ ਕੇ ਸਿੱਧਾ ਲੰਗਰ 'ਚ ਬੈਠ ਗਏ ਮੱਥਾ ਟੇਕ ਕੇ। ਇੱਧਰ ਇੱਕ ਸਾਈਡ 'ਤੇ ਭੰਡ ਲੋਕਾਂ ਦਾ ਇੰਟਰਟੇਨਮੈਂਟ ਕਰ ਰਹੇ ਨੇ, ਬਹੁਤ ਜ਼ਿਆਦਾ ਲੋਕ ਨੇ ਆਸੇ ਪਾਸੇ ਜਿਹੜੇ ਬੈਠੇ ਨੇ, ਅਤੇ ਇੱਕ ਸਾਈਡ 'ਤੇ ਉਹ ਸਾਹਮਣੇ ਖੂੰਜੇ 'ਚ ਕੈਮਰਾ ਵੀ ਲੱਗਿਆ ਹੋਇਆ। ਆਈ ਥਿੰਕ ਕਿਸੇ ਚੈਨਲ ਦੇ ਉੱਪਰ ਇਹ ਵੀਡੀਓ ਪਾਉਣਗੇ ਪੂਰੀ। ਇੱਧਰ ਸਾਨੀਆ ਕਾਫੀ ਅਤੇ ਜੰਨਤ ਮੇਰੇ ਨਾਲ ਖੜੀਆਂ ਨੇ, ਅਤੇ ਉੱਧਰ ਉਹ ਖਾਣਾ ਖਾਈ ਜਾਂਦੇ ਨੇ ਬਾਕੀ। ਸੋ ਇਹ ਛੋਟੀ ਜਿਹੀ ਬਿਲਡਿੰਗ ਹੈ ਇੱਥੋਂ ਦੀ। ਇਸ ਡੇਰੇ 'ਚ ਜਦੋਂ ਵੀ ਕੋਈ ਭੰਡਾਰਾ ਵਗੈਰਾ ਹੁੰਦਾ ਨਾ, ਤਾਂ ਇਹ ਭੰਡਾਂ ਨੂੰ ਬੁਲਾਉਂਦੀ ਬੁਲਾਉਂਦੇ ਨੇ। ਜਦੋਂ ਅਸੀਂ ਛੋਟੇ ਜਿਹੇ ਹੁੰਦੇ ਸੀ ਉਦੋਂ ਤੋਂ ਦੇਖਦੇ ਆਏ ਹਾਂ, ਇਹ ਹਰ ਵਾਰੀ ਕੋਈ ਨਾ ਕੋਈ ਫੰਕਸ਼ਨ ਕਰਾਉਂਦੇ ਨੇ ਹਰ ਸਾਲ, ਅਤੇ ਉੱਥੇ ਭੰਡਾਂ ਨੂੰ ਬੁਲਾਉਂਦੀ ਬੁਲਾਉਂਦੇ ਨੇ। ਜਿਹੜਾ ਡੇਰਾ ਬਣਿਆ ਹੋਇਆ ਉਹ ਕਾਫੀ ਉਚਾਈ 'ਤੇ ਬਣਿਆ ਹੋਇਆ, ਇੱਥੋਂ ਲੈ ਕੇ ਸਿੱਧੀ ਢਲਾਣ ਆ ਨੀਚੇ ਤੱਕ। ਜਾ ਰਹੇ ਹਾਂ ਹੁਣ, ਮੱਥਾ ਟੇਕ ਲਿਆ, ਲੰਗਰ ਛੱਕ ਲਿਆ। ਇੱਕ ਸਾਈਡ 'ਤੇ ਭੰਡ ਲੱਗੇ ਹੋਏ ਸੀ, ਪੂਰਾ ਮਾਹੌਲ ਬਣਿਆ ਹੋਇਆ ਸੀ, ਤੁਸੀਂ ਦੇਖ ਹੀ ਲਿੱਤਾ ਹੋਣਾ ਕਿੰਨਾ ਜ਼ਿਆਦਾ ਰਸ਼ ਹੈ। ਅਤੇ ਫਿਲਹਾਲ ਉਹ ਰਸ਼ ਉੱਥੇ ਉੱਥੇ ਆ, ਰਸਤੇ 'ਚ ਨਹੀਂ ਹੈਗਾ, ਅਤੇ ਵਧੀਆ ਅਸੀਂ ਇੰਜੋਏ ਕੀਤਾ ਅਤੇ ਹੁਣ ਜਾ ਰਹੇ ਹਾਂ ਘਰੇ। ਪ੍ਰਤੀਕ ਹੋਣੀ ਪਹਿਲਾਂ ਹੀ ਆ ਗਏ ਸੀ ਉੱਥੋਂ ਢਲਾਣ ਤੋਂ, ਇੱਕੇਦਮ ਨੀਚੇ ਨੂੰ ਭੱਜੇ ਨੇ, ਬਸ ਜਵਾਕਾਂ ਦਾ ਕੰਮ ਇਹੀ ਹੈ। ਹੁਣ ਤਾਂ ਇੱਧਰ ਡੇਰੇ ਸਾਹਮਣੇ ਨਾ ਸੈਲਰ ਬਣ ਗਏ, ਪਹਿਲਾਂ ਇਹ ਸੈਲਰ ਹੁੰਦੇ ਨਹੀਂ ਸੀਗੇ, ਅਤੇ ਪਿੰਡੋਂ ਇੱਕ ਬਾਬਾ ਡਾਲੀ ਵੀ ਲੈ ਕੇ ਆਉਂਦਾ ਹੁੰਦਾ ਸੀ, ਮਤਲਬ ਅਸੀਂ ਸੁਣਿਆ ਇੱਦਾਂ। ਛੱਕ ਗਿਆ ਇਹ ਲੰਗਰ, ਵਧੀਆ ਸੀਗੀਆਂ ਪੂਰੀਆਂ। ਪ੍ਰਤੀਕ ਕਿੱਧਰ ਬੈਠ ਗਿਆ? ਹਾਂ ਸਹੀ ਆ, ਸਹੀ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ। ਸੋ ਹੁਣ ਜਾ ਰਹੇ ਹਾਂ ਘਰੇ, ਇੰਜੋਏਮੈਂਟ ਕਰ ਲਿਆ ਆਪਦਾ, ਭੁੱਖ ਤਾਂ ਨਹੀਂ ਲੱਗੀ ਕਿਸੇ ਨੂੰ ਹੋਰ? ਨਹੀਂ ਲੱਗੀ। ਸੋ ਘਰੇ ਜਾ ਰਹੇ ਹਾਂ, ਘਰ ਜਾ ਕੇ ਮਿਲਤੇ ਹੈ ਆਪਕੋ, ਘਰ ਜਾ ਕੇ।
ਚੁੱਕੇ ਆ ਰੱਜ ਪੁੱਜ ਕੇ ਉੱਤਰੋ ਹੁਣ ਮਾਰੋ ਛਾਲਾਂ ਕਰਾਂ ਇਕੱਲੀ ਇਕੱਲੀ ਡਿੱਗਣਾ ਜਾਇਓ ਪੂਰੀਆਂ ਬਹੁਤ ਖਾਧੀਆਂ ਨੇ ਕਾਫੀ ਸਾਡੀ ਬਿਮਾਰ ਸੀ ਪਰ ਅਸੀਂ ਇਹਨੂੰ ਫੇਰ ਵੀ ਲੈ ਗਏ ਵੀ ਚੱਲ ਪੁੱਤ ਕੋਈ ਨਾ ਉਤਰ ਗਏ ਨੇ ਸਾਰੇ ਗੱਡੀ ਚੋਂ ਮੈਂ ਗੱਡੀ ਨੂੰ ਲਾਉਣਾ ਅੰਦਰ ਚਲੋ ਵਧੀਆ ਅੱਜ ਇੰਜੋਏ ਹੋ ਗਿਆ ਸਾਡਾ ਡੇਰੇ ਚੋਂ ਆ ਕੇ ਮੈਂ ਬੱਚਿਆਂ ਨੂੰ ਪੜ੍ਹਾਇਆ ਟਿਊਸ਼ਨ ਵਾਲਿਆਂ ਨੂੰ ਅਤੇ ਹੁਣ ਫ੍ਰੀ ਹੋ ਗਿਆ ਹੁਣ ਮੈਂ ਆਪਣੇ ਇੱਕ ਦੋਸਤ ਕੋਲ ਜਾ ਰਿਹਾ ਉਹਦਾ ਥੋੜ੍ਹਾ ਜਿਹਾ ਸਮਾਨ ਸੀ ਮੇਰੇ ਕੋਲ ਅਤੇ ਬਸ ਇਹ ਸਮਾਨ ਫੜਾ ਰਿਹਾ ਉਹਨਾਂ ਦਾ ਉਹਨਾਂ ਨੇ ਦੋ ਚਾਰ ਗੱਲਾਂ ਬਾਤਾਂ ਕਰਿਆ ਹੋਈਆਂ ਨੇ ਇਹਦੇ ਨਾਲ ਸੂਰਜ ਬਿਲਕੁਲ ਛਿਪਣ ਵਾਲਾ ਹੈ ਅਤੇ ਸ਼ਾਮ ਨੂੰ ਅੱਜ ਫਿਰ ਪੂਰੀ ਫੁੱਲ ਠੰਡ ਹੋ ਗਈ ਆ ਸ਼ਾਮ ਦਾ ਨਜ਼ਾਰਾ ਪੂਰਾ ਵਧੀਆ ਹੈ ਖੇਤ ਦਾ ਆਹ ਕੀ ਕਰੀ ਜਾਂਦਾ ਹੈ ਬੜੀ ਝੱਗ ਜੀ ਬਣਾਈ ਬੈਠਾ ਬਿੰਦਰੀ ਚਲਾ ਗਿਆ ਕਿਸੇ ਨੂੰ ਬੱਸ ਸਟੈਂਡ ਤੋਂ ਲੈਣ ਮੇਰੀ ਸਕੂਟੀ ਲੈ ਕੇ ਗਿਆ ਬਸ ਆਉਂਦਾ ਥੋੜ੍ਹੇ ਟਾਈਮ ਤੱਕ ਅਤੇ ਫਿਰ ਉਹਦੇ ਨਾਲ ਕਰਦੇ ਹਾਂ ਗੱਲਾਂ ਬਾਤਾਂ ਜਿਵੇਂ ਕਿ ਬਿੰਦਰੀ ਮੇਰਾ ਦੋਸਤ ਹੈ ਉਸੇ ਤਰ੍ਹਾਂ ਹੀ ਬਿੰਦਰੀ ਦਾ ਮੁੰਡਾ ਜਿਹੜਾ ਫਤਿਹ ਆ ਉਹ ਪ੍ਰਤੀਕ ਦਾ ਵਧੀਆ ਬੈਸਟ ਫਰੈਂਡ ਬਣ ਗਿਆ ਲਓ ਜੀ ਫ੍ਰੀ ਹੋ ਗਏ ਆਪਾਂ ਅਤੇ ਵਲੌਗ ਦਾ ਵੀ ਇੱਥੇ ਐਡ ਕਰਦੇ ਹਾਂ ਅਗਲੇ ਵਲੌਗ 'ਚ ਤੁਹਾਨੂੰ ਮਿਲਦੇ ਹਾਂ ਟੇਕ ਕੇਅਰ ਬਾਏ ਬਾਏ